ਲਗਾਤਾਰ ਵੱਡੇ ਪੁਲਿਸ ਅਧਿਕਾਰੀ ਇੱਥੇ ਮੌਕੇ ਤੇ ਪਹੁੰਚ ਰਹੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਅਭਿਮਨਿਊ ਰਾਣਾ ਇੱਥੇ ਪਹੁੰਚ ਰਹੇ ਜੀ, ਪੂਰਾ ਮਾਮਲਾ ਤਾਂ ਬਿਲਕੁਲ ਅਧਿਕਾਰੀ ਇੱਥੇ ਪਹੁੰਚੇ ਨੇ, ਪਰ ਹਜੇ ਤੱਕ ਗੱਲਬਾਤ ਜਿਹੜੀ ਕਿ ਉਹ ਮੀਡੀਆ ਨਾਲ ਸਾਂਝੀ ਨਹੀਂ ਕਰ ਰਹੇ ਅਧਿਕਾਰੀ। ਅਭਿਮਨਿਊ ਰਾਣਾ ADCP ਅਤੇ ਨਾਲ CIA ਇੰਚਾਰਜ ਨੇ ਇੱਥੇ, ਉਹ ਵੀ ਪਹੁੰਚੇ ਹੋਏ ਨੇ। ਵੱਖ ਵੱਖ ਟੀਮਾਂ ਜਿਹੜੀਆਂ ਇੱਥੇ ਲਗਾਤਾਰ ਪਹੁੰਚ ਰਹੀਆਂ। ਤੁਹਾਨੂੰ ਦੱਸ ਦਈਏ, ਅੱਜ ਸਵੇਰੇ ਤੜਕੇ 7 ਵਜੇ ਦੇ ਕਰੀਬ ਘਟਨਾ ਹੈ, ਜਦੋਂ ਸੁਖਚੈਨ ਸਿੰਘ ਜਿੰਮ ਤੋਂ ਆਪਣੀ ਕੋਠੀ ਆਉਂਦੇ ਨੇ ਤਾਂ ਉਸੇ ਸਮੇਂ ਮੋਟਰਸਾਈਕਲ ਸਵਾਰ 2 ਜਿਹੜੇ ਕਿ ਅਣਪਛਾਤੇ ਨੌਜਵਾਨ ਉਹਨਾਂ ਦੇ ਪਿੱਛੇ ਹੀ ਆਉਂਦੇ ਨੇ ਔਰ ਉਹਨਾਂ ਨੂੰ ਜਿਹੜਾ ਕਿ ਗਨ ਪੁਆਇੰਟ 'ਤੇ ਲੈ ਲਿੱਤਾ ਜਾਂਦਾ ਹੈ ਔਰ ਨਾਲ ਉਸੇ ਸਮੇਂ ਜਿਹੜਾ ਕਿ ਉਹ ਕੋਠੀ ਦੇ ਅੰਦਰ ਸੁਖਚੈਨ ਨੂੰ ਲੈ ਜਾਂਦੇ ਨੇ। ਇਹ ਕੋਠੀ ਹੈ ਜਿਹੜੀ ਕਿ ਤੁਹਾਨੂੰ ਦਿਖਾ ਰਹੇ ਹਾਂ, ਦਬੁਰਜੀ ਦੇ ਵਿੱਚ ਪਿੰਡ ਵਿੱਚ ਹੈ, ਜਿਹੜੀ ਕਿ ਅੰਮ੍ਰਿਤਸਰ ਤੋਂ ਕੁਛ ਦੂਰੀ 'ਤੇ ਹੈ ਔਰ ਲਗਾਤਾਰ ਜਿਹੜੀ ਕਿ ਪੁਲਿਸ ਜਿਹੜੀ ਕਿ ਇੱਥੇ ਪਹੁੰਚ ਰਹੀ ਹੈ, ਵੱਖ ਵੱਖ ਅਧਿਕਾਰੀ ਪਹੁੰਚ ਰਹੇ ਨੇ ਕਿਉਂਕਿ ਇੱਕ ਵੱਡੀ ਵਾਰਦਾਤ ਨੂੰ ਇੱਥੇ ਅੰਜਾਮ ਦੇਣ ਵਾਸਤੇ ਪਹੁੰਚੇ ਸੀ ਔਰ ਜਦੋਂ ਕੰਨ ਪੱਟੀ 'ਤੇ ਸੁਖਚੈਨ ਦੇ ਬੰਦੂਕ ਲਗਾਈ ਜਾਂਦੀ ਹੈ ਤਾਂ ਅੰਦਰ ਜਾਂਦੇ ਨੇ ਅਤੇ ਇੱਥੇ ਹੀ ਜਿਹੜਾ ਕਿ ਕਾਰ ਵਾਸ਼ਿੰਗ ਜਦੋਂ ਮੁੰਡਾ ਕਰ ਰਿਹਾ ਹੁੰਦਾ ਤਾਂ ਉਹਨੂੰ ਪੁੱਛਿਆ ਜਾਂਦਾ ਸੁਖਚੈਨ ਕੌਣ ਹੈ ਤੁਹਾਡੇ ਵਿੱਚੋਂ, ਤਾਂ ਜਦੋਂ ਪਤਾ ਲੱਗਦਾ ਸੁਖਚੈਨ ਜਿਹੜਾ ਕਿ ਜਿਹਨਾਂ ਨੂੰ ਨਿਸ਼ਾਨੇ 'ਤੇ ਲਿਆ ਗਿਆ ਉਹੀ ਹੈ ਤਾਂ ਉਹਨੂੰ ਅੰਦਰ ਲੈ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਕਿ ਉਸੇ ਟਾਬਰ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ, ਜਿਹੜੀ ਕਿ ਇੱਕ ਗੋਲੀ ਉਹਨਾਂ ਦੇ ਲੱਤ 'ਤੇ ਲੱਗਦੀ ਅਤੇ ਇੱਕ ਜਿਹੜੀ ਕਿ ਉਹ ਸਿਰ ਨੂੰ ਛੂ ਕੇ ਨਿਕਲਦੀ ਹੈ। ਪਰ ਗਨੀਮਤ ਇਹੀ ਕਹੀ ਜਾ ਸਕਦੀ ਹੈ, ਜਦੋਂ ਹਮਲਾਵਰ ਤੀਸਰੀ ਗੋਲੀ ਚਲਾਉਣ ਲੱਗਦੇ ਨੇ ਤਾਂ ਜਿਹੜਾ ਕਿ ਪਿਸਟਲ ਜਿਹੜੀ ਕਿ ਉਸ ਵਿੱਚੋਂ ਗੋਲੀ ਨਹੀਂ ਨਿਕਲਦੀ ਮੌਕੇ 'ਤੇ ਅਤੇ ਉਹ ਹਮਲਾਵਰ ਜਿਹੜੇ ਨੇ ਉਹ ਇੱਥੋਂ ਫਰਾਰ ਹੋ ਜਾਂਦੇ ਨੇ। ਫਿਲਹਾਲ ਸੁਖਚੈਨ ਸਿੰਘ ਨੂੰ ਜਿਹੜਾ ਕਿ ਅੰਮ੍ਰਿਤਸਰ ਦੇ ਨਿੱਜੀ ਹੋਸਪਿਟਲ ਵਿੱਚ ਦਾਖਲ ਕਰਵਾਇਆ ਗਿਆ ਔਰ ਲਗਾਤਾਰ ਜਿਹੜੀ ਕਿ ਪੁਲਿਸ ਛਾਣਬੀਨ ਕਰ ਰਹੀ ਹੈ ਕਿਉਂਕਿ ਬਹੁਤ ਹੀ ਵੱਡੀ ਘਟਨਾ ਜਿਹੜੀ ਕਿ ਜਿਸ ਨੂੰ ਅੰਜਾਮ ਦੇਣ ਵਾਸਤੇ ਇੱਥੇ ਹਮਲਾਵਰ ਪਹੁੰਚੇ ਸੀ। ਲੱਗਦਾ ਤਾਂ ਇਸ ਤਰ੍ਹਾਂ ਹੈ ਵੀ ਉਹਨਾਂ ਦਾ ਸਿੱਧਾ ਸਿੱਧਾ ਜਿਹੜਾ ਕਿ ਉਹ ਨਿਸ਼ਾਨਾ ਸੀਗਾ ਉਹ ਸੁਖਚੈਨ ਸਿੰਘ ਹੀ ਸੀਗੇ ਕਿਉਂਕਿ ਔਰ ਹਮਲਾਵਰਾਂ ਵੱਲੋਂ ਸੁਖਚੈਨ ਸਿੰਘ ਦਾ ਜਿਹੜਾ ਕਿ ਉਹ ਨਾਮ ਪੁਕਾਰਿਆ ਜਾ ਰਿਹਾ ਸੀ ਵੀ ਸੁਖਚੈਨ ਸਿੰਘ ਕੌਣ ਹੈ ਅਤੇ ਹੋਰ ਵੀ ਕਿਸੇ ਕੋਈ ਤਰ੍ਹਾਂ ਦੀ ਲੁੱਟ ਜਿਹੜੀ ਕਿ ਉੱਥੇ ਨਹੀਂ ਕੀਤੀ ਗਈ ਔਰ ਸਿੱਧਾ ਸਿੱਧਾ ਨਿਸ਼ਾਨਾ ਸੀ ਸੁਖਚੈਨ ਸਿੰਘ। ਜਦੋਂ ਉਹ ਅੰਦਰ ਘਰ ਦੇ ਅੰਦਰ ਸੁਖਚੈਨ ਨੂੰ ਲੈ ਕੇ ਜਾਂਦੇ ਨੇ ਤਾਂ ਮਿੰਨਤਾਂ ਕੀਤੀ ਜਾਂਦੀਆਂ ਨੇ, ਬੱਚੇ ਨੇ ਘਰ ਦੇ ਔਰ ਔਰਤਾਂ ਸੀ ਘਰ ਦੀਆਂ ਪਰਿਵਾਰ ਵੱਲੋਂ ਮਿੰਨਤਾਂ ਕੀਤੀਆਂ ਗਈਆਂ ਹਮਲਾਵਰਾਂ ਨੂੰ, ਪਰ ਹਮਲਾਵਰਾਂ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਅਤੇ ਤਾਬੜ ਤੋੜ ਜਿਹੜੀਆਂ ਗੋਲੀਆਂ ਚਲਾਈਆਂ ਸੁਖਚੈਨ 'ਤੇ ਔਰ ਸੁਖਚੈਨ ਹੇਠਾਂ ਡਿੱਗ ਪੈਂਦੇ ਨੇ। ਉਸ ਤੋਂ ਬਾਅਦ ਵੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮਲਾਵਰਾਂ ਵੱਲੋਂ, ਪਰ ਗਨੀਮਤ ਕਹੀ ਜਾ ਸਕਦੀ ਹੈ ਗੋਲੀ ਜਿਹੜੀ ਕਿ ਉਹ ਪਿਸਟਲ ਵਿੱਚ ਹੀ ਅੜ ਜਾਂਦੀ ਹੈ ਅਤੇ ਉਸ ਤੋਂ ਬਾਅਦ ਹਮਲਾਵਰ ਕੁਛ ਸਮੇਂ ਬਾਅਦ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ। ਤਾਂ ਫਿਲਹਾਲ ਸੁਖਚੈਨ ਜਿਹੜੇ ਨੇ ਉਹਨਾਂ ਨੂੰ ਹੋਸਪਿਟਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਜਿਹੜੀ ਕਿ ਉਹ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਲਗਾਤਾਰ CCTV ਖੰਗਾਲ ਰਹੀ ਹੈ ਕਿਉਂਕਿ ਜਿਹੜੇ ਹਮਲਾਵਰ ਇੱਥੇ ਪਹੁੰਚੇ ਸੀ ਮੋਟਰਸਾਈਕਲ 'ਤੇ ਉਹਨਾਂ ਨੇ ਜਿਹੜਾ ਕਿ ਆਪਣੇ ਚਿਹਰੇ ਵੀ ਜਿਹੜੇ ਕਿ ਉਹ ਨਹੀਂ ਟਕੇ ਹੋਏ ਸੀਗੇ ਤਾਂ ਪਛਾਣ ਜਿਹੜੀ ਕਿ ਉਹਨਾਂ ਦੀ ਕਰਨੀ ਬਹੁਤ ਆਸਾਨ ਰਹੇਗੀ ਪੁਲਿਸ ਵਾਸਤੇ। ਪੁਲਿਸ ਹਰ ਐਂਗਲ 'ਤੇ ਜਿਹੜੀ ਕਿ ਉਹ ਇਸ ਦੀ ਜਿਹੜੀ ਕਿ ਉਹ ਖੋਜਬੀਨ ਕਰ ਰਹੀ ਹੈ, ਪਰ ਇੱਕ ਵੱਡੀ ਵਾਰਦਾਤ ਜਿਹੜੀ ਕਿ ਅੰਮ੍ਰਿਤਸਰ ਤੋਂ ਦਬੁਰਜੀ ਦੇ ਪਿੰਡ ਦੇ ਵਿੱਚ ਹੋਈ ਹੈ, ਜਿਸ ਤੋਂ ਬਾਅਦ ਜਿੱਥੇ ਕਿ ਪਰਿਵਾਰ ਜਿਹੜਾ ਕਿ ਪੂਰਾ ਸਹਿਮਿਆ ਹੋਇਆ ਹੈ ਔਰ ਪਰਿਵਾਰ ਨੂੰ ਸ਼ਾਇਦ ਇਸ ਗੱਲ ਦਾ ਜਿਹੜਾ ਕਿ ਅੰਦਾਜ਼ਾ ਵੀ ਨਹੀਂ ਸੀ ਵੀ ਇਹ ਘਟਨਾ ਜਿਹੜੀ ਕਿ ਅੱਜ ਸਵੇਰੇ ਹੀ ਉਹਨਾਂ ਨਾਲ ਵਾਪਰ ਜਾਵੇਗੀ। ਤਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਵਿੱਚ ਜਿਹੜਾ ਕਿ ਹੁਣ ਇਸ ਸਮੇਂ ਬਹੁਤ ਹੀ
ਸਹਿਮ ਦਾ ਮਾਹੌਲ ਹੈ, ਕਿਉਂਕਿ ਘਰ ਵਿੱਚ ਬੱਚੇ ਵੀ ਸੀ ਉਸ ਸਮੇਂ ਤੇ, ਨਾਲ ਘਰ ਦੀਆਂ ਔਰਤਾਂ ਵੀ ਸੀ, ਔਰ ਨਾਲ ਨਾਲ ਜਿਹੜੇ ਕਿ ਸੁੱਖ ਚੈਨ ਸੀਗੇ ਜਦੋਂ ਜਿਮ ਤੋਂ ਫਿਲਹਾਲ ਵਾਪਸ ਆਏ ਸੀ, ਤਾਂ ਘਰ ਦਾ ਜਦੋਂ ਬੂਹਾ ਖੁੱਲਦਾ ਐਨ ਮੌਕੇ ਤੇ ਜਿਹੜੇ ਹਮਲਾਵਰ ਉਹ ਵੀ ਉਹਨਾਂ ਨੂੰ ਬੰਦੂਕ ਦੀ ਨੋਕ ਤੇ ਲੈ ਲੈਂਦੇ ਨੇ, ਉਹ ਘਰ ਵਿੱਚ ਦਾਖਲ ਹੁੰਦੇ ਨੇ, ਕੋਠੀ 'ਚ ਦਾਖਲ ਹੁੰਦੇ ਨੇ, ਤੇ ਉਸ ਤੋਂ ਬਾਅਦ ਅੰਦਰ ਵੜਦਿਆਂ ਹੀ ਸੁੱਖ ਚੈਨ ਨੂੰ ਦੋ ਗੋਲੀਆਂ ਜਿਹੜੀ ਮਾਰੀ ਜਾਂਦੀ ਨੇ। ਤੀਜੀ ਗੋਲੀ ਮਾਰਨ ਦੀ ਜਿਹੜੀ ਕਿ ਤਾਕ ਵਿੱਚ ਸੀਗੇ ਹਮਲਾਵਰ, ਪਰ ਗੋਲੀ ਜਿਹੜੀ ਕਿ ਉਹ ਅੜ ਜਾਂਦੀ ਹੈ, ਇਸ ਨੂੰ ਗਨੀਮਤ ਹੀ ਕਿਹਾ ਜਾ ਸਕਦਾ ਹੈ, ਤੇ ਉਸ ਤੋਂ ਬਾਅਦ ਹਮਲਾਵਰ ਜਿਹੜੇ ਕਿ ਉਹ ਫਰਾਰ ਹੋ ਜਾਂਦੇ ਨੇ। ਫਿਲਹਾਲ ਪੁਲਿਸ ਜਿਹੜੀ ਕਿ ਹਰ ਐਂਗਲ ਤੇ ਤਫਤੀਸ਼ ਕਰ ਰਹੀ ਹੈ, ਔਰ ਵੱਡੇ ਅਧਿਕਾਰੀ ਜਿਹੜੇ ਕਿ ਇੱਥੇ ਲਗਾਤਾਰ ਉਹ ਪਹੁੰਚ ਰਹੇ ਨੇ। ਕੈਮਰਾ ਪਰਸਨ ਵਿਪਨ ਸ਼ਰਮਾ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।